ਨੈਕਸਟ ਆਪਣੇ ਕੋਲ ਟੌਪਿਕ ਹੈ ਸ਼ੋਰਟ ਰਨ ਕੋਸਟ ਤੇ ਉਹਦਾ ਕਰਵ। ਪਹਿਲਾਂ ਤਾਂ ਇਹ ਸਮਝ ਲਓ ਸ਼ੋਰਟ ਰਨ ਹੁੰਦਾ ਕੀ ਹੈ। ਪਿਛਲਾ ਚੈਪਟਰ ਜੇ ਕਿਸੇ ਨੇ ਕੀਤਾ ਹੋਵੇ ਵੀਡੀਓ ਦੇਖ ਕੇ ਜਾਂ ਆਪ ਪੜ੍ਹ ਕੇ, ਸ਼ੋਰਟ ਰਨ ਤੇ ਲੌਂਗ ਰਨ ਦੋ ਚੀਜ਼ਾਂ ਹੁੰਦੀਆਂ ਸੀਗੀਆਂ। ਸ਼ੋਰਟ ਰਨ ਹੁੰਦਾ ਸੀ ਥੋੜ੍ਹਾ ਸਮਾਂ, ਲੌਂਗ ਰਨ ਹੁੰਦਾ ਸੀਗਾ ਲੰਮਾ ਸਮਾਂ। ਇਹ ਲੰਬਾ ਸਮਾਂ ਕਿੰਨਾ ਕੁ ਲੰਬਾ ਸੀ, ਥੋੜ੍ਹਾ ਸਮਾਂ ਕਿੰਨਾ ਕੁ ਥੋੜ੍ਹਾ ਸੀ, ਇੱਥੇ ਆਪਾਂ ਅੰਦਾਜ਼ਾ ਮਹੀਨਿਆਂ ਦਾ ਜਾਂ ਸਾਲ ਦਾ ਜਾਂ ਦਿਨਾਂ ਦਾ ਨਹੀਂ ਲਗਾਉਣਾ। ਸ਼ੋਰਟ ਰਨ ਦਾ ਮਤਲਬ ਇਹ ਨਿਕਲਦਾ ਹੈ ਬੇਸਿਕਲੀ ਜਿੱਥੇ ਫੈਕਟਰ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ, ਇੱਕ ਤਾਂ ਉਹ ਫਿਕਸਡ ਬਣ ਜਾਂਦੇ ਨੇ, ਇੱਕ ਉਹ ਵੇਰੀਏਬਲ ਬਣ ਜਾਂਦੇ ਨੇ। ਇੱਥੇ ਕੀ ਗੱਲ ਹੈ, ਜ਼ਰਾ ਗੌਰ ਕਰਿਓ। ਸ਼ੋਰਟ ਰਨ ਐਸਾ ਪੀਰੀਅਡ, ਆਹੀ ਲਾਈਨ ਲਿਖੀ ਹੈ, ਸਮ ਫੈਕਟਰਸ ਆਰ ਫਿਕਸਡ ਐਂਡ ਸਮ ਆਰ ਵੇਰੀਏਬਲ। ਕੁਛ ਫਿਕਸ ਹੋ ਜਾਣਗੇ, ਕੁਛ ਵੇਰੀਏਬਲ ਹੋਣਗੇ। ਫਿਕਸ ਉਹ ਹੋਣਗੇ ਜਿਨ੍ਹਾਂ ਵਿੱਚ ਛੇਤੀ ਛੇਤੀ ਚੇਂਜ ਕਰਨਾ ਪੋਸੀਬਲ ਨਹੀਂ ਹੈ, ਤੇ ਵੇਰੀਏਬਲ ਫੈਕਟਰ ਕਿਹੜੇ ਬਣਨਗੇ ਜਿਨ੍ਹਾਂ 'ਚ ਚੇਂਜ ਕਰਨਾ ਪੋਸੀਬਲ ਹੈ। ਜਿਵੇਂ ਲਗਾ ਲਓ, ਜੇ ਤੁਸੀਂ ਪ੍ਰੋਡਕਸ਼ਨ ਕਰਨੀ ਹੈ ਤਾਂ ਤੁਸੀਂ ਲੇਬਰ ਨੂੰ ਘਟਾ ਤੇ ਵਧਾ ਬੜਾ ਸੌਖਾ ਸਕਦੇ ਹੋ, ਪਰ ਮਸ਼ੀਨਾਂ ਨੂੰ ਘਟਾਉਣਾ ਵਧਾਉਣਾ ਬੜਾ ਮੁਸ਼ਕਿਲ ਹੈ। ਕਿਉਂ? ਖਰੀਦਣੀਆਂ ਸੌਖੀਆਂ ਪਈਆਂ ਨੇ, ਇੰਨੀਆਂ ਇੰਨੀਆਂ ਮਹਿੰਗੀਆਂ ਆਉਂਦੀਆਂ ਨੇ। ਠੀਕ, ਤੁਸੀਂ ਲੇਬਰ ਘਟਾ ਵਧਾ ਸਕਦੇ ਹੋ, ਪਰ ਮਸ਼ੀਨਾਂ ਨੂੰ ਘਟਾਉਣਾ ਜਾਂ ਵਧਾਉਣਾ ਇਹ ਬੜਾ ਵੱਡਾ ਝੰਝਟ ਹੈ। ਉਹ ਕੰਮ ਹੁੰਦਾ ਨਾ ਲੌਂਗ ਰਨ 'ਚ, ਤੇ ਸ਼ੋਰਟ ਰਨ ਦੇ ਵਿੱਚ ਸਿਰਫ ਇੱਕ ਫੈਕਟਰ ਚੇਂਜ ਹੋ ਸਕਦਾ, ਦੂਆ ਚੇਂਜ ਨਹੀਂ ਹੋਏਗਾ। ਹੁਣ ਦੇਖਿਓ ਸ਼ੋਰਟ ਰਨ ਕੋਸਟ ਕੀ ਚੱਕਰ ਹੈ ਜੀ, ਧਿਆਨ ਨਾਲ ਸਮਝਿਓ। ਸ਼ੋਰਟ ਰਨ ਕੋਸਟ ਬੇਸਿਕਲੀ ਉਹਦੇ ਵਿੱਚ ਦੋ ਕੰਪੋਨੈਂਟ ਹੋਣਗੇ, ਠੀਕ ਹੈ। ਇੱਕ ਨੂੰ ਬੋਲਾਂਗੇ ਫਿਕਸਡ ਕੋਸਟ, ਇੱਕ ਨੂੰ ਬੋਲਾਂਗੇ ਵੇਰੀਏਬਲ ਕੋਸਟ। ਹੁਣ ਨਾਮ ਤੋਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਏਗਾ, ਫਿਕਸਡ ਕੋਸਟ ਉਹ ਵਾਲੀ ਕੋਸਟ ਜਿਹੜੀ ਫਿਕਸ ਰਹੇਗੀ, ਚੇਂਜ ਨਹੀਂ ਹੋਏਗੀ ਆਊਟਪੁੱਟ ਦੇ ਚੇਂਜ ਹੋਣ ਦੇ ਬਾਵਜੂਦ ਵੀ, ਰਿਲੇਟਡ ਟੂ ਯੂਜ਼ ਆਫ ਦਾ ਫਿਕਸਡ ਫੈਕਟਰ। ਨਾਲੇ ਇਹ ਰਿਲੇਟਡ ਹੋਏਗੀ ਫਿਕਸਡ ਫੈਕਟਰ ਦੇ ਯੂਜ਼ ਤੇ, ਮਤਲਬ ਮਸ਼ੀਨਾਂ ਦੇ ਯੂਜ਼ ਤੇ। ਦੂਜੀ ਗੱਲ, ਵੇਰੀਏਬਲ ਕੋਸਟ ਕਿਹੜੀ ਹੈ ਜਿਹੜੀ ਵੇਰੀਏਬਲ ਫੈਕਟਰ ਦੇ ਯੂਜ਼ ਹੋਣ ਤੇ ਹੈ, ਬੇਸਿਕਲੀ ਇਹ ਹੁੰਦੀ ਹੈ ਮਸ਼ੀਨਾਂ ਨਾਲ ਰਿਲੇਟਡ, ਇਹ ਹੈਗੀ ਆਪਣੀ ਲੇਬਰ ਨਾਲ ਰਿਲੇਟਡ। ਵੇਰੀਏਬਲ ਫੈਕਟਰ ਉਹੀ ਹੈ ਵੀ ਆਪਾਂ ਨੂੰ ਚੇਂਜ ਕਰ ਸਕਦੇ ਹਾਂ। ਹੁਣ ਵਿੱਚ ਕਿਆ ਕਿਆ ਹੈ ਉਹ ਥੋੜ੍ਹਾ ਡਿਟੇਲ ਵੀ ਦੇਖ ਲਓ। ਪਲਾਂਟ ਮਸ਼ੀਨਰੀ ਦੇ ਕੋਸਟ ਜੇ ਲੱਗੀ ਹੈ, ਪਲਾਂਟ ਐਂਡ ਮਸ਼ੀਨਰੀ, ਪਲਾਂਟ ਪੌਦਾ ਨਹੀਂ ਹੈਗਾ ਇੱਥੇ। ਪਲਾਂਟ ਮਤਲਬ ਉਸ ਇੱਕ ਜਗ੍ਹਾ ਹੈ ਜਿੱਥੇ ਮਸ਼ੀਨਾਂ ਦਾ ਇੱਕ ਗੜ ਲੱਗਿਆ ਹੋਇਆ, ਢੇਰ ਲੱਗਿਆ ਹੋਇਆ, ਉਹ ਇੱਕ ਆਪਾਂ ਫੈਕਟਰੀ ਵਾਂਗੂ ਜਗ੍ਹਾ ਬਣਾ ਰੱਖੀ ਹੈ, ਉਹਨੂੰ ਆਪਾਂ ਪਲਾਂਟ ਕਹਿ ਦਿੰਦੇ ਹਾਂ ਵੀ ਫਲਾਣਾ ਪਲਾਂਟ ਵੀ ਉਹਨਾਂ ਨੇ ਪਲਾਂਟ ਲਾਇਆ ਹੋਇਆ ਜੀ ਉੱਧਰਲੇ ਪਾਸੇ, ਜਿੱਥੇ ਮਤਲਬ ਜਿਵੇਂ ਥਰਮਲ ਪਲਾਂਟ ਹੁੰਦਾ ਜਿੱਥੇ ਮਸ਼ੀਨਾਂ ਦਾ ਇੰਨਾ ਗਾਹ ਪਿਆ ਹੋਇਆ। ਤਾਂ ਪਲਾਂਟ ਵਰਡ ਮਸ਼ੀਨਰੀ ਨਾਲ ਰਿਲੇਟਡ ਹੈ। ਜਿਹੜਾ ਆਪਾਂ ਕਿੰਨਾ ਪਲਾਂਟ ਖਰੀਦ ਲਿਆ, ਉਹ ਪਲਾਂਟ ਨਹੀਂ ਹੁੰਦਾ ਵੈਸੇ ਤਾਂ, ਉਹ ਪੰਜਾਬੀ 'ਚ ਆਪਾਂ ਪਲਾਂਟ ਪਲਾਂਟ ਕਹਿ ਦਿੰਦੇ ਹਾਂ, ਉਹ ਵੈਸੇ ਉਹ ਵਰਡ ਹੈ ਪਲੋਟ ਇੰਗਲਿਸ਼ ਦਾ। ਵੀ ਆਪਾਂ ਕਹਿੰਦੇ ਨਾ ਵੀ ਮੇਰੇ ਰਿਸ਼ਤੇਦਾਰ ਨੇ ਪਲੋਟ ਖਰੀਦ ਲਿਆ 500 ਗਜ ਦਾ, 400 ਗਜ ਦਾ, ਜਾਂ 10 ਮਰਲੇ ਦਾ, 20 ਮਰਲੇ ਦਾ, ਠੀਕ। ਤਾਂ ਉਹ ਚੀਜ਼ ਉਹ ਪਲੋਟ ਹੈ, ਇਹ ਪਲਾਂਟ ਹੈ। ਚਲੋ ਅੱਗੇ, ਲੈਂਡ ਤੇ ਬਿਲਡਿੰਗ ਹੋ ਸਕਦੀ ਹੈ, ਲਾਇਸੈਂਸ ਫੀ ਹੋ ਸਕਦੀ ਹੈ, ਇਹ ਫਿਕਸਡ ਕੋਸਟ ਨੇ ਸਾਰੀਆਂ, ਜਿਹੜੇ ਪੱਕੇ ਖਰਚੇ ਦੇਣੇ ਪੈਣਗੇ। ਤੁਸੀਂ ਆਊਟਪੁੱਟ ਕਰੋ, ਘੱਟ ਕਰੋ, ਵੱਧ ਕਰੋ, ਜਿਹੋ ਜਿਹੀ ਮਰਜ਼ੀ ਕਰੋ, ਪੈਸੇ ਲਗਾਉਣੇ ਪੈਣਗੇ। ਪਹਿਲਾਂ ਪਹਿਲਾਂ ਵੇਜਿਸ ਐਂਡ ਸੈਲਰੀਜ਼ ਆਫ ਪਰਮਾਨੈਂਟ ਡਿਪਲੋਈ ਜਿਹੜੇ ਹੈਗੇ ਨੇ ਤੁਹਾਡੇ, ਪਰਮਾਨੈਂਟ ਜਿਹੜੇ ਵਰਕਰ ਰੱਖੇ ਪਏ ਨੇ ਜਿਹੜੇ ਤੁਸੀਂ ਕੱਢ ਨਹੀਂ ਸਕਦੇ ਸੌਖੇ, ਉਹਨਾਂ ਦੀ ਤਨਖਾਹ ਜਿਹੜੀ ਹੈਗੀ, ਠੀਕ। ਇਹ ਸਾਰੀਆਂ ਫਿਕਸਡ ਕੋਸਟ ਨੇ। ਵੇਰੀਏਬਲ ਕੋਸਟ ਜਿਹੜੀਆਂ ਘੱਟ ਵੱਧ ਹੋ ਸਕਦੀਆਂ ਨੇ, ਜਿਵੇਂ ਕਿ ਰਾ ਮਟੀਰੀਅਲ ਦੀ ਕੋਸਟ, ਜਿੰਨੀ ਕੁ ਪ੍ਰੋਡਕਸ਼ਨ ਕਰਨੀ ਆ ਉਨਾ ਕੁ ਰਾ ਮਟੀਰੀਅਲ ਮੰਗਾਓਗੇ, ਕਈ ਵਾਰ ਘੱਟ ਮੰਗਾਓਗੇ, ਕਈ ਵਾਰ ਵੱਧ ਮੰਗਾਓਗੇ, ਫਿਕਸ ਥੋੜ੍ਹੀ ਹੈ। ਦੂਜਾ, ਕੈਜੂਅਲ ਵਰਕਰਸ ਹੈ ਜਿਹੜੇ, ਐਸੇ ਵਰਕਰ ਜੋ ਪਰਮਾਨੈਂਟ ਨਹੀਂ ਹੈਗੇ, ਜਿਨ੍ਹਾਂ ਨੂੰ ਜ਼ਰੂਰਤ ਪੈਣ 'ਤੇ ਆਪਾਂ ਕੱਢ ਵੀ ਸਕਦੇ ਹਾਂ, ਹੋਰ ਰੱਖ ਵੀ ਸਕਦੇ ਹਾਂ, ਕੈਜੂਅਲ ਵਰਕਰਸ। ਬਿਜਲੀ ਉੱਤੇ ਖਰਚਾ, ਓਬਵੀਅਸਲੀ ਜਿੰਨੀ ਕੁ ਆਊਟਪੁੱਟ ਨਿਕਲੇਗੀ, ਜਿੰਨੀ ਕੁ ਪ੍ਰੋਡਕਸ਼ਨ ਹੋਏਗੀ,
ਜਿੰਨੀਆਂ ਕੁ ਤੁਸੀਂ ਮਸ਼ੀਨਾਂ ਚਲਾਓਗੇ ਉਨੀ ਕੁ ਬਿਜਲੀ ਫੂਕੂਗੀ। ਉਹ ਤੇ ਖਰਚਾ, ਵੀਅਰ ਐਂਡ ਟੀਅਰ ਐਕਸਪੈਂਸਿਸ, ਮਾੜੇ ਮੋਟੇ ਟੁੱਟ ਭੱਜ ਖਰਚੇ ਹੁੰਦੇ ਰਹਿੰਦੇ ਨੇ, ਕਦੇ ਕੋਈ ਮਸ਼ੀਨ ਦੀ ਰਿਪੇਅਰ ਕਰਾ ਲਈ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਛੁਟਕ ਮੁੜੂ ਖਰਚੇ ਬਹੁਤ ਸਾਰੇ। ਠੀਕ, ਉਹ ਆਊਟਪੁੱਟ ਨਿਕਲੇਗੀ ਤਾਂ ਹੋਣਗੇ ਹੋਣਗੇ। ਤਾਂ ਬੇਸਿਕਲੀ ਸਾਰੇ ਵੇਰੀਏਬਲ ਨੇ, ਆ ਸਾਰੇ ਫਿਕਸਡ ਨੇ। ਹੁਣ ਇੱਥੇ ਤਾਂ ਗੱਲ ਠੀਕ ਹੈ, ਆ ਫਿਕਸ ਹੋ ਗਿਆ, ਵੇਰੀਏਬਲ ਹੋ ਗਏ, ਪਰ ਇੱਥੇ ਇੱਕ ਚੀਜ਼ ਹੈ ਜਿਹੜੀ ਥੋੜ੍ਹੀ ਜਿਹੀ ਟਿਪੀਕਲ ਹੈ, ਸਮਝਣਾ ਪਏਗਾ ਬਿਹੇਵੀਅਰ ਦੇ ਬਾਰੇ। ਬਿਹੇਵੀਅਰ ਵੇਰੀਏਬਲ ਕੋਸਟ ਦਾ ਥੋੜ੍ਹਾ ਜਿਹਾ ਅਜੀਬ ਹੈ, ਫਿਕਸਡ ਕੋਸਟ ਤਾਂ ਫਿਕਸ ਰਹਿਣੀ ਹੈ, ਇੱਕੋ ਹੀ ਨੰਬਰ ਚੱਲੇਗਾ ਥਰੂ ਆਊਟ ਆਪਣੇ ਪ੍ਰੋਡਕਸ਼ਨ ਸਾਰੇ ਸਾਰੇ। ਆਪਾਂ ਸੌਖਾ ਉਹਨੂੰ ਚੇਂਜ ਨਹੀਂ ਕਰਾਂਗੇ, ਕਿਉਂਕਿ ਆਪਾਂ ਇੱਥੇ ਗੱਲ ਕਰ ਰਹੇ ਹਾਂ ਸ਼ੋਰਟ ਰਨ ਦੀ, ਆਪਾਂ ਸਾਰੀ ਅੱਗੇ ਸਟੱਡੀ ਸ਼ੋਰਟ ਰਨ ਦੀ ਹੀ ਕਰ ਰਹੇ ਹਾਂ, ਲੌਂਗ ਰਨ ਦੀ ਨਹੀਂ ਕਰ ਰਹੇ। ਸ਼ੋਰਟ ਰਨ ਦੇ ਵਿੱਚ ਕਿਆ ਖਾਸ ਹੈ, ਮੈਂ ਇੱਥੇ ਟੇਬਲ ਵੀ ਬਣਾਇਆ, ਟੀ ਐਫ ਸੀ ਟੋਟਲ ਫਿਕਸਡ ਕੋਸਟ ਮੈਂ ਸੇਮ ਰੱਖੀ, ਚੇਂਜ ਨਹੀਂ ਕੀਤੀ, 10 10 10 10 10 10, ਜਿਹੜਾ ਮਰਜ਼ੀ ਨੰਬਰ ਲੈ ਲਓ, ਮੈਂ 10 ਲੈ ਲਿਆ। ਟੀ ਵੀ ਸੀ ਟੋਟਲ ਵੇਰੀਏਬਲ ਕੋਸਟ ਜਿਹੜੀ, ਉਹ ਇੱਕ ਖਾਸ ਤਰੀਕੇ ਨਾਲ ਬਣਾਉਣੀ ਹੈ, ਤੁਹਾਨੂੰ ਮੈਂ ਛੋਟਾ ਜਿਹਾ ਪੁਆਇੰਟ ਦੱਸ ਦੇਵਾਂ, ਫਿਰ ਗੱਲ ਸਮਝ ਆ ਜੂਗੀ। ਦੇਖੋ ਚੱਕਰ ਕੀ ਹੈ, ਟੀ ਵੀ ਸੀ ਦੇਖਿਓ, ਪਹਿਲੀ ਜ਼ੀਰੋ ਪ੍ਰੋਡਕਸ਼ਨ ਜ਼ੀਰੋ ਹੈ, ਫਿਰ ਜਦੋਂ ਪਹਿਲਾਂ ਪ੍ਰੋਡਕਸ਼ਨ ਕੀਤਾ 10 ਰੁਪਏ ਦੀ ਕੋਸਟ ਲੱਗੀ ਆਹ ਯੂਨਿਟ ਨੇ, ਬਾਕੀ ਸਾਰੇ ਰੁਪਏ ਚ ਸਪੋਜ਼ ਖਰਚਾ ਤੋਂ ਰੁਪਏ ਚ ਹੋਊਗਾ। ਠੀਕ, ਹਾਂ, ਇੱਕ ਪ੍ਰੋਡਕਸ਼ਨ ਹੋਈ 10 ਰੁਪਏ ਦੀ ਕੋਸਟ ਲੱਗੀ, ਦੋ ਚੀਜ਼ਾਂ ਪ੍ਰੋਡਿਊਸ ਹੋਈਆਂ ਤਾਂ 18 ਰੁਪਏ ਲੱਗੇ। ਹੁਣ ਇੱਕ ਮੇਰੀ ਗਲਤ ਧਿਆਨ ਸਮਝਣਾ, ਇੱਕ ਚੀਜ਼ ਤੇ 10 ਲੱਗਿਆ, ਦੋ ਚੀਜ਼ਾਂ 18 ਕਿਉਂ ਲੱਗਿਆ? ਦੇਖੋ ਅਗਰ ਟੈਕਨੀਕਲੀ, ਅਗਰ ਸਿੰਪਲ ਦੇਸੀ ਲੈਂਗੁਏਜ ਸਮਝਿਆ ਜਾਵੇ, ਅਗਰ ਇੱਕ ਚੀਜ਼ ਨੂੰ ਬਣਾਉਣ ਤੇ 10 ਲੱਗਿਆ ਤਾਂ ਦੂਸਰੀ ਚੀਜ਼ ਨੂੰ ਬਣਾਉਣ ਤੇ ਨਾਲ ਫਿਰ 20 ਰੁਪਏ ਲੱਗਣੇ ਸੀ ਨਾ, 10 + 10। ਪਰ ਇੱਥੇ ਇਹੀ ਗੱਲ ਖਾਸ ਹੈ, ਜਿਵੇਂ ਜਿਵੇਂ ਆਪਾਂ ਪ੍ਰੋਡਕਸ਼ਨ ਵਧਾਉਣੇ ਜਾਂਦੇ ਹਾਂ, ਆਪਣੀ ਜਿਹੜੀ ਮਾਰਜਨਲ ਕੋਸਟ ਹੈ ਨੈਕਸਟ ਜਦੋਂ ਆਪਾਂ ਕੁਝ ਪ੍ਰੋਡਿਊਸ ਕਰਦੇ ਹਾਂ, ਉਹ ਕੋਸਟ ਘਟਦੀ ਜਾਂਦੀ ਹੈ। ਪਹਿਲਾਂ ਪਹਿਲਾਂ 8 ਹੋ ਗਈ, ਫਿਰ ਤੇ 6 ਹੋ ਗਈ, ਫਿਰ 4 ਹੋ ਗਈ, ਫਿਰ 4, ਪਹਿਲਾਂ ਪਹਿਲਾਂ ਘਟਾਉਣੀ ਹੈ, ਬਾਅਦ ਵਿੱਚ ਫਿਰ ਵਧਣੀ ਸਟਾਰਟ ਹੋ ਜਾਏਗੀ। ਇੱਕ ਫਿਨੋਮੀਨਾ, ਇਹਦੇ ਬਾਰੇ ਡਿਟੇਲ 'ਚ ਬਾਅਦ 'ਚ ਗੱਲ ਕਰਾਂਗੇ, ਫਿਲਹਾਲ ਟੇਬਲ ਸਮਝੋ ਕਿ ਆਪਾਂ ਇਹਦਾ ਬਿਹੇਵੀਅਰ ਇਸ ਤਰੀਕੇ ਨਾਲ ਦਿਖਾਉਣਾ, ਪਹਿਲਾਂ ਪਹਿਲਾਂ ਕੋਸਟ ਘੱਟ ਰਹੀ ਹੈ। ਠੀਕ ਹੈ, ਇਹ ਸਮਝ ਲਓ, ਇਹਦਾ ਮੈਂ ਸਿੰਪਲ ਜਿਹਾ ਕਾਰਨ ਦੱਸ ਦੇਣਾ, ਇੱਕ ਦੱਸਦਾ ਹਾਲੇ, ਐਫੀਸ਼ੀਐਂਟ ਯੂਜ਼ ਹੋ ਜਾਂਦਾ ਫਿਕਸਡ ਫੈਕਟਰ ਦਾ, ਮਸ਼ੀਨਾਂ ਨੂੰ ਪ੍ਰੋਪਰਲੀ ਯੂਜ਼ ਕਰਨ ਕਰਕੇ ਲੇਬਰ ਦੀ ਕੋਸਟ ਵੀ ਘੱਟ ਪੈਂਦੀ ਹੈ ਫਿਰ। ਠੀਕ, ਅਤੇ ਪਹਿਲਾਂ ਪਹਿਲਾਂ ਘੱਟਦੀ ਜਾਊਗੀ, ਬਾਅਦ ਵਿੱਚ ਜਦੋਂ ਤੁਸੀਂ ਐਕਸੈਸਿਵ ਯੂਟੀਲਾਈਜੇਸ਼ਨ ਕਰੋਗੇ, ਜ਼ਿਆਦਾ ਹੀ ਬੰਦੇ ਵਧਾਈ ਜਾਂਦੇ ਹੋ, ਫਿਰ ਇਹ ਕੋਸਟ ਵਧਣ ਲੱਗ ਜਾਂਦੀ ਹੈ। ਠੀਕ, ਅਤੇ ਇਹਨਾਂ ਦੋਹਾਂ ਦਾ ਟੋਟਲ ਕਰਕੇ ਆਪਣੇ ਕੋਲ ਆਏਗੀ ਟੀ ਸੀ, ਟੋਟਲ ਕੋਸਟ। ਅਤੇ ਇੱਕ ਗੱਲ ਹੋਰ ਧਿਆਨ ਰੱਖਿਓ, ਜਿਹੜੇ ਟੀ ਸੀ ਦਾ ਮੇਨ ਆ ਜਿਹੜਾ ਵੱਧ ਰਿਹਾ ਹਿਸਾਬ ਦਾ, ਸਾਰਾ ਦਾ ਸਾਰਾ ਟੋਟਲੀ ਡਿਪੈਂਡ ਕਰਦਾ ਟੀ ਵੀ ਸੀ ਦੇ ਉੱਤੇ। ਠੀਕ, ਕਿਉਂਕਿ ਟੀ ਸੀ ਨੂੰ ਚੇਂਜ ਕਰਨ ਵਾਲੀ ਮੇਨ ਟੀ ਵੀ ਸੀ ਹੁੰਦੀ ਹੈ, ਐਫ ਸੀ ਤਾਂ ਸੇਮ ਹੀ ਪਈ ਹੈ। ਠੀਕ, ਜਿਹੜਾ ਟੀ ਸੀ 'ਚ ਚੇਂਜ ਆਉਂਦਾ, ਉਹਦਾ ਵੱਡਾ ਵੱਡਾ ਮੇਨ ਕਾਰਨ ਸਿਰਫ ਤੇ ਸਿਰਫ ਟੀ ਵੀ ਸੀ ਹੈ। ਠੀਕ ਹੈ ਜੀ, ਟੋਟਲ ਕੋਸਟ ਵਿੱਚ ਚੇਂਜ ਆਇਆ, ਕਿਉਂਕਿ ਟੋਟਲ ਵੇਰੀਏਬਲ ਕੋਸਟ ਚੇਂਜ ਹੋਈ ਹੈ। ਅੱਗੇ ਹੁਣ ਇਸ ਨੂੰ ਅਗਰ ਆਪਾਂ ਡਾਇਗਰਾਮ ਬਣਾਉਂਦੇ ਹਾਂ, ਦੇਖਿਓ ਜ਼ਰਾ, ਮੈਂ ਥੋੜ੍ਹਾ ਜਿਹਾ ਬਣਾ ਕੇ ਰੱਖ ਲਿਆ ਸੀ ਤਾਂ ਕਿ ਤੁਹਾਨੂੰ ਸਮਝਾ ਸਕਾਂ। ਇਹਦੇ ਪਾਸੇ ਮੈਨੇ ਆ ਤਿੰਨੇ ਲੈ ਲਏ, ਟੀ ਸੀ, ਟੀ ਐਫ ਸੀ, ਟੀ ਵੀ ਸੀ, ਕਿਉਂਕਿ ਆਪਾਂ ਇਸਨੂੰ ਮੇਨ ਸ਼ੋ ਕਰਨਾ ਹੈ ਇੱਥੇ ਆਪਣੇ ਗ੍ਰਾਫ 'ਚ। ਇਹਨੂੰ ਇੱਧਰਲੇ ਪਾਸੇ ਰੱਖਿਆ, ਆਊਟਪੁੱਟ ਆਪਾਂ ਨੀਚੇ ਰੱਖ ਲਈ। ਠੀਕ, ਤਾਂ ਹੁਣ ਪਹਿਲਾਂ ਟੀ ਐਫ ਸੀ ਬਣਾ ਲੈਂਦੇ ਹਾਂ, ਆ ਸੌਖੀ ਬਣਾਉਣੀ, 0 ਤੋਂ 10। ਹਾਂ, 0 ਤੋਂ 10, 1 ਤੋਂ 10, 2 ਤੋਂ ਵੀ 10। ਹੁਣ ਦੇਖੋ ਸਾਰੇ 10 10 10 ਨੇ, ਤਾਂ ਇਹਦਾ ਕਿਵੇਂ ਬਣੂਗੀ ਫਿਗਰ?
ਬਿਲਕੁਲ ਸਿੱਧੀ ਫਿਕਰ ਬਣ ਜਾਏਗੀ। ਠੀਕ ਹੈ ਜੀ, ਟੀ ਐਫ ਸੀ ਦੀ ਟੀ ਵੀ ਸੀ ਕਿਵੇਂ ਬਣੂਗਾ, ਜ਼ੀਰੋ ਅਤੇ ਜ਼ੀਰੋ ਹੈ, ਵਨ ਅਤੇ ਟੈਨ ਹੈ, ਠੀਕ ਹੈ, ਟੂ ਅਤੇ ਏਟੀਨ ਹੈ, ਏਟੀਨ 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 ਤਾਂ ਏਟ ਹੋ ਰਹੇਗਾ ਹੋਊਗਾ, ਅਤੇ ਇਸ ਤੋਂ ਬਾਅਦ ਥ੍ਰੀ ਅਤੇ ਟਵੈਂਟੀ ਫੋਰ ਹੈ, ਟਵੈਂਟੀ ਫੋਰ ਆਊਗਾ ਥੋੜ੍ਹਾ ਜਿਹਾ ਉਰੇ ਪੱਚੀ ਤੋਂ ਨੀਚੇ, ਫਿਰ ਅਠਾਈ ਅਤੇ ਇਹ ਥੋੜ੍ਹਾ ਸੈਂਟਰ 'ਚ ਆਊਗਾ। ਠੀਕ ਹੈ ਜੀ, ਅਤੇ ਫਾਈਵ ਅਤੇ ਥਰਟੀ ਟੂ, ਠੀਕ, ਅਤੇ ਸਿਕਸ ਅਤੇ ਥਰਟੀ ਏਟ, ਥਰਟੀ ਏਟ ਥਰਟੀ ਏਟ ਹੋਰ ਇੱਕ ਜਿਹਾ ਹੈਗਾ, ਤੁਸੀਂ ਇਹ ਦੇਖੋ ਇਹ ਗੱਲ ਗੌਰ ਕਰਨ ਵਾਲੀ, ਪਹਿਲਾਂ ਥੱਲੇ ਨੂੰ ਜਾ ਰਹੀ ਸੀਗੀ ਫਿਰ ਉੱਪਰ ਚੜ੍ਹ ਗਈ, ਇਹਦੇ ਬਣਨ ਕਾਪੀ 'ਤੇ ਬਣਾ ਕੇ ਦੇਖੋ। ਅਤੇ ਇਸ ਤੋਂ ਬਾਅਦ ਟੀ ਸੀ ਅਗਰ ਬਣਾਓਗੇ, ਟੀ ਸੀ ਕਿਆ ਹੈ, ਲਗਭਗ ਇਹਦੇ ਉੱਤੇ ਬਣ ਜਾਏਗੀ, ਪਹਿਲਾਂ ਟੈਨ ਤੋਂ ਸਟਾਰਟ ਹੋਏਗੀ, ਫਿਰ ਟਵੈਂਟੀ ਹੈ, ਦੋ ਦੋ ਫਸਟ ਅਤੇ ਟਵੈਂਟੀ, ਟੂ ਤਾਂ ਹੈਗਾ ਜੀ ਟਵੈਂਟੀ ਏਟ, ਬੇਸਿਕਲੀ ਬਣਾਓਗੇ ਤਾਂ ਬਿਲਕੁਲ ਨਾ ਜਿਹੜੀ ਟੀ ਸੀ ਹੈ ਉਹ ਬਿਲਕੁਲ ਟੀ ਵੀ ਸੀ ਦੇ ਪੈਰਲ ਬਣੇਗੀ, ਆ ਟੀ ਸੀ ਆ ਆਪਣੀ ਟੀ ਵੀ ਸੀ ਬਿਲਕੁਲ ਇਹਦੇ ਪੈਰਲ ਬਣ ਜਾਏਗੀ। ਠੀਕ, ਕਿਉਂਕਿ ਸਭ 'ਚ ਦਸ ਦਸ ਦਾ ਫਰਕ ਹੈ, ਆ ਸਾਰਿਆਂ 'ਚ ਦੇਖੋ ਟੈਨ ਟੈਨ ਦਾ ਡਿਫਰੈਂਸ ਹੈ, ਤਾਂ ਬਿਲਕੁਲ ਅਸੀਂ ਸੀਟ 'ਚ ਜਾਣਗੇ ਇੱਕ ਦੂਜੇ ਦੇ। ਇਹਦੇ ਬਾਰੇ ਅੱਗੇ ਡਿਟੇਲ 'ਚ ਹੋਰ ਗੱਲ ਕਰਦੇ ਹਾਂ।